हाँ जी सत श्रीकाल जी सारे नूं। हाँ जी किवें हो जी। पहली गल तां मैं इस टाइम हैगा गुरदासपुर, ते अज तुहानूं गुरदासपुर दा ना नवां बस स्टैंड घुमाउंदे आ। कृपा जी माड़ा जिहा दिखा दिओ मगर बस स्टैंड। ये हैगा जी अपने गुरदासपुर का नवां बस स्टैंड, ते अज तुहानूं कल्ला कल्ला रूट दस देना कित्थों किहड़ी पासे जांदी आ ते कित्थे कित्थे जांदी आ। ते चलिए फिर भाजी चले बस स्टैंड ते। चलो जी धन्नवाद। लो जी आ गए आ नवें बस स्टैंड। वेलकम तुहाडा ਸਾਡੇ ਨਵੇਂ ਬਲਾਕ ਜੇ ਤੇ ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਤੇ। ਲੈ ਵੀ ਘੁੰਮੋ ਬੱਸ ਸਟੈਂਡ। ਆਹ ਲੱਗੀਆਂ ਰੋਡਵੇਜ਼ ਇੱਧਰ ਬੱਸਾਂ। ਘੁੰਮੋ ਲੈ ਵੀ ਘੁੰਮਾ ਦਈਏ ਫਿਰ ਬੱਸ ਸਟੈਂਡ। ਲਓ ਜੀ ਦੇਖੋ ਬੱਸ ਸਟੈਂਡ ਲੈ ਵੀ 14 ਨੰਬਰ ਤੋਂ ਜਾਂਦੀ ਆ ਬੱਸ ਕਾਦੀਆਂ ਨੂੰ। ਭਾਜੀ ਕਿੱਥੇ ਜਾਣਾ ਤੁਸੀਂ? ਤੇ 15 ਨੰਬਰ ਤੋਂ ਜਾਂਦੀ ਸ਼੍ਰੀ ਹਰਗੋਬਿੰਦਪੁਰ ਟਾਂਡਾ ਬਿਆਸ ਹੁਸ਼ਿਆਰਪੁਰ। ਤੇ ਦਰਾਂਗਲੇ ਵਾਲਾ ਵੀ ਹੈਗਾ ਜੀ, ਲੱਗੀਆਂ ਹੋਈਆਂ ਬੱਸਾਂ। ਡਰਾਈਵਰਾਂ ਤੇ ਕੰਡਕਟਰਾਂ ਦੇ ਕਮਰੇ, ਪ੍ਰਾਈਵੇਟ ਕਮਰੇ ਵੀ ਹੈਗੇ ਯਾਰ ਇੱਥੇ। ਲੈ ਵੀ ਚੱਲਦੇ ਬੈਕ ਸਾਈਡ ਤੇ ਹੁਣ। ਤੇ ਆਹ ਕੀਤਾ ਉਦਘਾਟਨ ਭਗਵੰਤ ਮਾਨ ਨੇ। ਬਾਥਰੂਮ ਤਾਂ ਭਾਜੀ ਅਸੀਂ ਵੀ ਪਹਿਲੀ ਵਾਰੀ ਆਏ ਇੱਥੇ। ਉਹ ਮੁੰਡਾ ਚੱਲਿਆ ਜੇ ਇੱਧਰ ਆਓ, ਇੱਧਰਲੀ ਸਾਈਡ ਜੇ, ਇੱਧਰਲੀ ਸਾਈਡ ਪਿੱਛੇ ਉਹ ਮੁੰਡਾ ਜਾਣ ਡਿਆ ਜਿੱਧਰ। ਓਏ ਭਾਪੇ ਨੂੰ ਬਾਥਰੂਮ ਦੱਸ ਕੇ ਇੱਧਰਲੀ ਸਾਈਡ ਆ। ਕਿਉਂਕਿ ਹਲੇ ਨਵਾਂ ਨਵਾਂ ਬੱਸ ਸਟੈਂਡ, ਲੱਭਣਾ ਸਭ ਕੁਝ ਔਖਾ ਇੱਥੇ। ਲਓ ਵੀ ਇੱਧਰ ਪਾੜਾ ਸਾਹਿਬ ਵੀ ਆਏ ਨੇ, ਸਪੀਚ ਦੇ ਰਹੇ ਨੇ ਕੋਈ। ਇਹ MLA ਜੇਬ ਚੋਂ ਪੈਸੇ ਲਾਉਣਗੇ ਜਾਂ ਦਸਾਂ ਨੌਵਾਂ ਦੀ ਕਿਰਤ ਕਰੀ ਦੀ ਆ। ਔਰ ਇੱਕ ਹੋਰ ਗੱਲ ਕਹਿ ਦੇਣਾ, ਅੱਜ ਅੱਗੇ ਇਹਨਾਂ ਨੂੰ ਭੁਲੇਖਾ ਹੋਊਗਾ ਕਿ ਜਿੱਥੇ ਮਰਜ਼ੀ ਜਾ ਪੀਤਾ ਕੱਟਦੇ ਆ। ਅਗਲੀ ਵਾਰ ਕੱਟ ਕੇ ਦੱਸਣ ਮੇਰਾ ਚੈਲੰਜ ਆ ਅੱਜ ਤੁਹਾਡੇ ਚੈਨਲ ਤੋਂ। ਹੋਸਪਿਟਲ ਆ ਜੱਚਾ ਬੱਚਾ ਵਾਰਡ, ਉੱਥੇ ਆ ਗੁਰਦਾਸਪੁਰ ਵਾਲਾ ਗਿਆ ਜਾ ਕੇ ਕਈ ਜੀ ਮਾਰ ਕੇ, ਤੇ ਚਲੋ ਮੇਰੇ ਨਾਲ ਵੱਡੇ ਆ ਰਬੈਲ ਸਾਹਿਬ, ਉੱਥੇ ਕਈ ਮਾਰ ਕੇ ਆਏ। ਉੱਥੇ ਪੱਥਰ ਜ਼ਰੂਰ ਦਿਖਾਇਓ ਜਾ ਕੇ ਕਿ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਵਰਿੰਦਰ ਮੀਤ ਸਿੰਘ ਪਾੜੇ ਦਾ ਪੱਥਰ ਲੱਗਿਆ। 10 ਕਰੋੜ ਦਾ ਉਹ ਪ੍ਰੋਜੈਕਟ ਆ, ਕਾਫੀ ਕੰਪਲੀਟ ਹੋ ਚੁੱਕਾ, ਉਹਦਾ ਉਦਘਾਟਨ ਵਰਿੰਦਰ ਮੀਤ ਸਿੰਘ ਪਾੜਾ ਕਰੇਗਾ ਅੱਜ, ਤੁਹਾਨੂੰ ਕਹਿ ਦਿੱਤਾ ਜੀ। ਔਰ ਜੇ ਇੰਨਾ ਕਰਨਾ ਮੈਂ ਉੱਥੇ ਮੌਕੇ 'ਤੇ ਆਊਂਗਾ ਜਵਾਬ ਨਾਲ ਲੈ ਕੇ ਆਉਣ ਕਿ ਉਹ ਕਿੰਨੇ ਨੀਂਹ ਪੱਥਰ ਰੱਖਿਆ, ਕਿੰਨੇ ਪੈਸਾ ਖਰਚਿਆ, ਕਿੰਨੇ ਜੱਚਾ ਬੱਚਾ ਵਾਰਡ ਬਣਾਈ। ਡਰਾਮਾ ਬਣਾ ਲਿਆ ਇਹਨਾਂ ਨੇ ਕਿ ਮੈਂ ਡੀਸੈਂਟ ਬਣਿਆ ਰਹਾਂ ਅਤੇ ਇਹ ਇੱਥੇ ਤਮਾਸ਼ਾ ਕਰਦੇ ਹਨ। ਤਮਾਸ਼ਾ ਮੈਂ ਬਹੁਤਾ ਬਹੁਤਾ ਚਿਰ ਵੇਖਣਾ ਨਹੀਂ, ਪਿਆਰ ਨਾਲ ਅਤੇ ਭਾਵੇਂ ਹਾਥੀ ਲੰਘ ਜੇ ਮੇਰੇ ਗੜੀ। ਅਤੇ ਜਿਸ ਢੰਗ ਦੇ ਨਾਲ ਮੈਨੂੰ ਡਿੱਚ ਕੀਤਾ ਨਾ, ਹਾਲਾਂ ਤੋਂ ਮੌਕਾ ਕਿਤੇ ਭੁਲੇਖੇ ਨਾਲ ਉਦਘਾਟਨ ਕਰਨਾ ਕਿ ਆ ਜਾਇਓ। ਲਓ ਜੀ ਭਾਜੀ ਹੁਣਾਂ ਨੂੰ ਪੁੱਛਦੇ ਹਾਂ, ਭਾਜੀ ਕਿਵੇਂ ਲੱਗਾ ਬੱਸ ਸਟੈਂਡ ਫਿਰ ਨਵਾਂ? ਘੈਂਟ ਲੱਗਾ, ਲੋਕੇਸ਼ਨਾਂ ਬੜੀਆਂ ਘੈਂਟ ਘੈਂਟ ਆਉਣੀਆਂ ਹੈ। ਅਤੇ ਯਾਰ ਆ ਆ ਬੱਸ ਸਟੈਂਡ ਆਪਣੇ ਗੁਰਦਾਸਪੁਰ ਦਾ, ਅਤੇ ਵਧੀਆ ਵਾ। ਬਾਕੀ ਇੱਥੇ ਪਾੜਾ ਸਾਹਿਬ ਆਏ ਸੀ, ਉਹ ਕਿਉਂਕਿ ਦੱਸ ਰਹੇ ਸੀ, ਅਤੇ ਉਹ ਤੁਸੀਂ ਜਾ ਕੇ ਡੇਲੀ ਪੋਸਟ ਪੰਜਾਬੀ 'ਤੇ ਦੇਖ ਲਿਓ। ਅਤੇ ਬਾਕੀ ਵਧੀਆ ਯਾਰ, ਲੱਭਾ ਬਾਥਰੂਮ ਲੱਭਾ ਕਿ ਨਹੀਂ ਇਹ ਪਹਿਲਾਂ ਦੱਸ? ਪਾਣੀਆਂ ਨਹੀਂ ਆ। ਲੈ ਯਾਰ ਬਹੁਤ ਮਾੜੀ ਗੱਲ ਆ ਯਾਰ, ਪਹਿਲਾਂ ਤਾਂ ਮੋਟਰਾਂ ਮਾਟਰਾਂ ਲਵਾਉਣੀਆਂ ਪੈਣੀਆਂ, ਟੈਂਕੀ ਟੂੰਕੀ ਦਿਖਾਈ ਕਿ ਨਹੀਂ ਇਹਨਾਂ ਨੇ? ਉਹ ਇੱਕ ਮੁੰਡਾ ਇੱਥੇ, ਉਹ ਵੀ ਇਹੀ ਗੱਲ ਕਹਿਣਾ, ਕਹਿੰਦਾ ਭਾਅ ਜੀ ਬਾਕੀ ਤਾਂ ਸਭ ਕੁਝ ਸਹੀ ਆ ਪਰ ਪਾਣੀ ਹੈ ਨਹੀਂ ਜੇ ਬੱਸ ਸਟੈਂਡ 'ਤੇ ਬਿਲਕੁਲ ਵੀ, ਔਰ ਨਾਲੇ ਠੰਡ ਆ, ਪਾਣੀ ਦੀ ਕੀ ਲੋੜ ਆ। ਲੈ ਵੀ ਬੱਸ ਸਟੈਂਡ ਕੀ ਖੁੱਲ੍ਹਿਆ, ਇੱਥੇ ਖਲਾਰਾ ਪੈਣਾ ਸ਼ੁਰੂ ਹੋ ਗਿਆ, ਗੰਦ ਪੈਣਾ ਤਾਂ ਸ਼ੁਰੂ ਹੋ ਵੀ ਗਿਆ ਵਾ। ਬਾਕੀ ਸਫਾਈ ਦਾ ਧਿਆਨ ਰੱਖਣਾ ਪੈਣਾ, ਹੋਰ ਗੱਲ ਕੋਈ ਨਹੀਂ ਆ। ਆਹ ਕਲਾਨੌਰ ਵਾਲੀ ਬੱਸ ਓਏ, DJ ਟਰੈਵਲਸ, ਇਹ ਹੈਗੀ ਆ ਕਲਾਨੌਰ ਵਾਲੀ ਬੱਸ। ਅਤੇ ਆਹ ਜਿਹੜੀਆਂ ਬੱਸਾਂ ਇਹ ਹੈਗੀਆਂ ਅੰਮ੍ਰਿਤਸਰ ਵਾਲੀਆਂ। ਬਾਕੀ ਸੋਹਣਾ ਬਣ ਗਿਆ ਯਾਰ ਵਲੌਗ।
ਲੈ ਵੀ ਇੱਥੇ ਵੀ ਟ੍ਰੈਫਿਕ ਲੱਗਣੀ ਸ਼ੁਰੂ ਹੋ ਗਈ ਆ ਹੁਣ। ਪਹਿਲਾਂ ਨਹੀਂ ਤਾਂ ਯਾਰ ਆਹ ਸੜਕ 'ਤੇ ਕੋਈ ਨਹੀਂ ਸੀ ਲੰਘਦਾ ਲੂੰਦਾ ਹੁੰਦਾ। ਆਹ ਦੇਖੋ ਆ ਗਈ ਰੋਡਵੇਜ਼ ਦੀ ਬੱਸ ਅਤੇ ਇੱਕ ਹੋਰ ਆ ਗਈ ਰੋਡਵੇਜ਼ ਦੀ ਬੱਸ। ਬਾਕੀ ਦੱਸਾਂ ਕੀ ਹੈ ਯਾਰ, ਨਵੀਆਂ ਨਵੀਆਂ ਚੀਜ਼ਾਂ ਜਦੋਂ ਖੁੱਲ੍ਹਦੀਆਂ ਨਾ ਉਹ ਸਾਨੂੰ ਚੰਗੀਆਂ ਲੱਗਦੀਆਂ ਨੇ, ਬਟ ਜਦੋਂ ਥੋੜ੍ਹਾ ਜਿਹਾ ਟਾਈਮ ਹੋ ਜਾਣਾ ਫਿਰ ਨਹੀਂ ਵਧੀਆ ਲੱਗਣਾ, ਹੈ ਨਾ ਇੱਦਾਂ ਹੀ ਹੈ ਨਾ। ਅਤੇ ਬਾਕੀ ਰੌਣਕ ਮੇਲਾ ਦੇਖੋ ਬੱਸ ਸਟੈਂਡ ਦਾ, ਅਤੇ ਬਾਕੀ ਤੁਹਾਨੂੰ ਘੁਮਾ ਲਿਆ ਯਾਰ ਮੈਂ ਸਾਰਾ ਬੱਸ ਸਟੈਂਡ ਘੁਮਾ ਦਿੱਤਾ ਹੈ ਨਾ। ਅਤੇ ਤੁਸੀਂ ਹੁਣ ਦੱਸਿਓ ਕਿ ਤੁਹਾਡੇ ਕੀ ਰਿਵਿਊ ਆ ਬੱਸ ਸਟੈਂਡ ਦੇ ਬਾਰੇ, ਕਿ ਵਧੀਆ ਬਣਿਆ ਆ। ਬਟ ਇੱਕ ਚੀਜ਼ ਮਾੜੀ ਲੱਗੀ ਕਿ ਯਾਰ ਆਹ ਵੀਰ ਗਿਆ ਸੀ ਬਾਥਰੂਮ ਕਰਨ, ਬਟ ਉੱਥੇ ਪਾਣੀ ਹੈ ਨਹੀਂ ਸੀ, ਹੈ ਨਾ। ਚਲੋ ਜੇ ਕੋਈ ਵੀਡੀਓ ਦੇਖਦਾ ਪਿਆ ਵਾ ਅਤੇ ਯਾਰ ਆਹ ਕੁਝ ਬਾਹਰ ਦਾ ਮਾਹੌਲ ਆ ਬੱਸ ਸਟੈਂਡ ਦੇ, ਕਿਉਂਕਿ ਕਾਫੀ ਰੌਣਕ ਹੋ ਗਈ ਆ ਬੱਸ ਸਟੈਂਡ ਦੇ ਬਾਹਰ ਵੀ ਹੁਣ। ਅਤੇ ਇੱਥੇ ਹੋਟਲ ਵਗੈਰਾ ਵੀ ਖੁੱਲ੍ਹ ਚੁੱਕੇ ਆ, ਜਿੱਦਾਂ ਤੁਹਾਨੂੰ ਪਤਾ ਨਾ ਮੇਨ ਚੀਜ਼ਾਂ ਦੇ ਕੋਲ ਹੋਸਪਿਟਲ ਹੋ ਗਿਆ, ਚਾਹੇ ਏਅਰਪੋਰਟ ਹੋ ਗਿਆ, ਰੇਲਵੇ ਸਟੇਸ਼ਨ ਦੇ ਕੋਲ ਹੋਟਲ ਹੁੰਦੇ ਨੇ, ਅਤੇ ਇੱਥੇ ਵੀ ਹੋਟਲ ਖੁੱਲ੍ਹ ਚੁੱਕਿਆ ਆ। ਸਾਹਮਣੇ ਇੱਕ ਹੋਟਲ ਆ ਨਵਾਂ ਹੀ ਖੁੱਲ੍ਹਿਆ ਮੈਨੂੰ ਲੱਗਦਾ, ਅਤੇ ਇਹਦਾ ਨਾਮ ਹੈਗਾ ਆ ਹੋਟਲ ਗ੍ਰੇਸ, ਮੋਟਲ ਗ੍ਰੇਸ। ਅਤੇ ਆਹ ਹੈਗਾ ਗੁਰਦਾਸਪੁਰ ਦਾ ਸਾਡਾ ਅੰਡਰ ਬ੍ਰਿਜ, ਅਤੇ ਇਹ ਵੀ ਇੱਕ ਵਧੀਆ ਚੀਜ਼ ਆ ਯਾਰ, ਕਿਉਂਕਿ ਪਹਿਲਾਂ ਨਾ ਇੱਥੇ ਫਾਟਕ ਹੁੰਦਾ ਸੀ ਅਤੇ ਬੜਾ ਜਾਮ ਲੱਗ ਜਾਂਦਾ ਹੁੰਦਾ ਸੀ, ਉੱਪਰੋਂ ਦੀ ਰੇਲਵੇ ਲਾਈਨ ਜਾ ਰਹੀ ਆ। ਵਧੀਆ ਯਾਰ ਡਿਵੈਲਪ ਹੋ ਰਿਹਾ ਆਪਣਾ ਗੁਰਦਾਸਪੁਰ ਵੀ, ਵਧੀਆ ਲੱਗ ਰਿਹਾ ਦੇਖ ਰਹੇ।